ਸਾਥੀਂ ਗਲਤੀ ਸਾਰਿਆਂ ਨੂੰ ਤੇ ਜਨਰਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸੋ ਗੱਲ ਕਰਦੇ ਹਾਂ ਪੰਜਾਬ ਮੌਸਮ ਕੇ ਅੱਜ ਦੇਰ ਸ਼ਾਮ ਤੋਂ ਲੈ ਕੇ ਕੱਲ ਰਾਤ ਤੱਕ ਜਾਨਕੀ ਅੱਜ 7 April ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਰਹਿਣ ਵਾਲੀ ਹੈ। ਸੋ ਜਿਵੇਂ ਕਿ ਅੱਜ ਆਪਾਂ ਦੰਦੇ ਸਮੇਂ ਵੀ ਦੇਖਿਆ ਕਿ ਪੰਜਾਬ ਦਾ ਮੌਸਮ ਜ਼ਿਆਦਾਤਰ ਸਾਫ਼ ਅਤੇ ਖੁਸ਼ਕ ਬਣਿਆ ਹੋਇਆ ਸੀ ਕਿਉਂਕਿ ਜੋ ਸਿਸਟਮ ਸੀਗਾ ਉਹ ਅੱਗੇ ਨਿਕਲ ਚੁੱਕਿਆ ਹੈ ਤੇ ਜਿਸ ਦੇ ਚੱਲਦੇ ਪੰਜਾਬ ਦਾ ਮੌਸਮ ਅੱਜ ਰਾਤ ਸਮੇਂ ਵੀ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਸਾਫ਼ ਅਤੇ ਖੁਸ਼ਕ ਦੇਖਣ ਨੂੰ ਮਿਲੇਗਾ ਕਿਸੇ ਇਲਾਕੇ ਵਿੱਚ ਕੋਈ ਮੀਂਹ ਪੈਣ ਦੇ ਹਾਲਾਤ ਬਿਲਕੁਲ ਨਾ ਮਾਤਰ ਹੋਣਗੇ ਹਾਲਾਂਕਿ ਬੱਦਲਬਾਈ ਕੁਝ ਹਿੱਸਿਆਂ ਵਿੱਚ ਹਲਕੀ ਫੁਲਕੀ ਜਹੀ ਦੇਖੀ ਜਾ ਸਕਦੀ ਹੈ ਪਰ ਕਿਸੇ ਇਲਾਕੇ ਵਿੱਚ ਜ਼ਿਆਦਾ ਸੰਘਣੀ ਬੱਦਲਬਾਈ ਦੇ ਵੀ ਅਸਰ ਨਹੀਂ ਹੋਣਗੇ ਅਤੇ ਹਵਾਵਾਂ ਦੀ ਜੇ ਗੱਲ ਕਰੀ ਤਾਂ ਹਵਾਵਾਂ ਲਗਭਗ ਉੱਤਰ ਪੂਰਬ ਉੱਤਰ ਪੱਛਮੀ ਦਿਸ਼ਾ ਤੋਂ ਲਗਾਤਾਰ ਚਲਦੀਆਂ ਰਹਿਣਗੀਆਂ ਜਿਨ੍ਹਾਂ ਦੀ ਗਤੀ ਰਾਤ ਇਸ ਸਮੇਂ 5 ਤੋਂ ਲੈ ਕੇ 15 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋਵੇਗੀ ਯਾਨੀ ਕਿ ਹਲਕੀਆਂ ਹਵਾਵਾਂ ਹੀ ਚੱਲਣਗੀਆਂ ਅਤੇ ਰਾਤ ਦੇ ਤਾਪਮਾਨ ਦੇ ਵਿੱਚ ਵੀ ਹਲਕਾ ਜਿਹਾ 2 ਡਿਗਰੀ ਦੇ ਕਰੀਬ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤਾਪਮਾਨ ਦੇ ਵਿੱਚ ਜ਼ਿਆਦਾ ਵਾਧਾ ਹੋਣ ਦੇ ਵੀ ਅਸਾਰ ਨਜ਼ਰ ਆ ਰਹੇ ਨੇ